ਸਤ ਸ੍ਰੀ ਅਕਾਲ ਦੋਸਤੋ ਮੋਡਰਨ ਐਗਰੀਕਲਚਰ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਆਪਾਂ ਕੀਟਾਂ ਬਾਰੇ ਗੱਲ ਕਰਾਂਗੇ ਜੀ ਸਾਨੂੰ ਇੱਕ ਬਹੁਤ ਵੱਡਾ ਜਿਹੜਾ ਭੁਲੇਖਾ ਹੈ ਜੀ ਉਹ ਆਪਾਂ ਦੂਰ ਕਰਨਾ ਜੀ ਇਸ ਵੀਡੀਓ ਦੇ ਵਿੱਚ ਕਿਉਂਕਿ ਬਹੁਤ ਸਾਰੇ ਮੈਨੂੰ ਸਵਾਲ ਆਉਂਦੇ ਨੇ ਕਿ ਇੱਕ ਜਿਹੜਾ ਪੂਰੇ ਰੰਗ ਦੀ ਸੁੰਡੀ ਸਾਡੇ ਕਣਕ ਨੂੰ ਪੈ ਗਈ ਜਾਂ ਸਾਡੇ ਬੂਟਿਆਂ ਦੇ ਉੱਪਰ ਪੱਤਿਆਂ ਦੇ ਉੱਪਰ ਪੂਰੇ ਰੰਗ ਦੇ ਟਿੱਡੇ ਨੇ ਹਮਲਾ ਕਰਤਾ ਇਹ ਆ ਇੱਕ ਉਹ ਜਿਹੜਾ ਪੂਰੇ ਰੰਗ ਦੀ ਜਿਹੜੀ ਇੱਕ ਸੁੰਡੀ ਹੈ ਉਹ ਸਾਡੇ ਪੱਤਿਆਂ ਨੂੰ ਖਾਈ ਜਾਈ ਰੇ ਕਣਕ ਦੇ ਸਿੱਟੇ ਖਰਾਬ ਕਰ ਰਹੀ ਹੈ ਤੁਸੀਂ ਸਕਰੀਨ ਤੇ ਨਾਲ-ਨਾਲ ਦੇਖੀ ਜਾਓ ਕਿ ਇਹ ਜਿਹੜੇ ਭਰਮ ਭੁਲੇਖੇ ਨੇ ਇਹ ਸਭ ਤੋਂ ਪਹਿਲਾਂ ਆਪਾਂ ਦੂਰ ਕਰਨੇ ਨੇ ਇਹਦੀ ਪੂਰੀ ਇਹਦੀ ਇਹਦੀ ਜਾਤ ਬਾਰੇ ਪੂਰੀ ਜਾਣਕਾਰੀ ਵੀ ਤੁਹਾਨੂੰ ਦਊਗਾ ਕਿ ਕੀ ਕੰਮ ਕਰਦੀ ਹੈ ਜੀ ਇਹਦਾ ਕੀ ਫਾਇਦਾ ਹੈ ਸਾਨੂੰ ਕੀ ਇਹਦਾ ਨੁਕਸਾਨ ਹੈ ਸਾਰੀ ਗੱਲ ਮੈਂ ਤੁਹਾਡੇ ਨਾਲ ਇਸ ਵੀਡੀਓ 'ਚ ਕਰੂੰਗਾ ਜੇ ਤਾਂ ਵੀਡੀਓ ਨੂੰ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ Facebook ਤੇ ਵੇਖ ਰਹੇ ਤਾਂ ਪੇਜ ਤੇ ਪੇਜ ਨੂੰ ਲਾਈਕ ਕਰ ਤੇ ਫੋਲੋ ਜ਼ਰੂਰ ਕਰੋ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਵੀਡੀਓਜ਼ ਹਨ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਜਿਹੜੀ ਆਪਾਂ ਨੂੰ ਕਹਿਣਾ ਚਾਹੁੰਦਾ ਕਿ ਕੋਈ ਵੀ ਕੀੜਾ ਸਾਡਾ ਮਿੱਤਰ ਜਾਂ ਦੁਸ਼ਮਣ ਹੈ ਅਸੀਂ ਉਸ ਨੂੰ ਇਸ ਕੈਟਾਗਰੀ ਵਿੱਚ ਲੈ ਕੇ ਨਾ ਚੱਲੀਏ ਕੀੜਿਆਂ ਨੂੰ ਦੋ ਕੈਟਾਗਰੀਆਂ 'ਚ ਵੰਡਿਓ ਇੱਕ ਕੀਟ ਕੈਟਾਗਰੀ ਹੈ ਜੀ ਜਿਹੜੀ ਉਹ ਮਾਸਾਹਾਰੀ ਤੇ ਇੱਕ ਹੈ ਜੀ ਸ਼ਾਕਹਾਰੀ ਮਾਸਾਹਾਰੀ ਜਿਹੜੇ ਕੀੜੇ ਹਨੀ ਉਹਨਾਂ ਨੇ ਦੂਜਿਆਂ ਕੀੜਿਆਂ ਨੂੰ ਖਾ ਕੇ ਜੀਣਾ ਹੁੰਦਾ ਤੇ ਸ਼ਾਕਹਾਰੀ ਕੀੜੇ ਉਹ ਹਨੀ ਜਿਹੜੇ ਆਪਣੇ ਖੇਤਾਂ ਦੇ ਵਿੱਚ ਆਉਂਦੇ ਨੇ ਜਿਹੜੇ ਫੁੱਲ ਖਾਂਦੇ ਨੇ ਫਲ ਖਾਂਦੇ ਨੇ ਪੱਤੇ ਖਾਂਦੇ ਨੇ ਦਾਣੇ ਖਾਂਦੇ ਨੇ ਉਹ ਜਿਹੜੇ ਜੀ ਸ਼ਾਕਾਹਾਰੀ ਕੀਟ ਹੈ ਤੇ ਉਹਨਾਂ ਸ਼ਾਕਾਹਾਰੀ ਕੀੜਿਆਂ ਨੂੰ ਖਾਣ ਲਈ ਇਹੋ ਜਿਹੇ ਜਿਹੜੇ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਹ ਕੀੜੇ ਆਉਂਦੇ ਨੇ ਜੀ ਇਹ ਕੀੜਾ ਹੈ ਜੀ ਇਹਦਾ ਇਹਦਾ ਨਾਮ ਲੇਡੀ ਬਰਡ ਬੀਟਲ ਹੈ ਜੀ ਇਹ ਉਹਦਾ ਲਾਰਵਾ ਹੈ ਇਹਦਾ ਲਾਰਵਾ ਮਤਲਬ ਇਹਦੀ ਚਾਰ ਸਟੇਜਾਂ ਹੁੰਦੀਆਂ ਜੀ ਚਮੇ ਦੀਆਂ ਚਮੇ ਸਟੇਜਾਂ ਦੀ ਫੋਟੋ ਤੁਹਾਨੂੰ ਮੈਂ ਅੱਗੇ ਦਿਖਾਉਣਾ ਜੀ ਸਕਰੀਨ 'ਚ ਪਹਿਲਾਂ ਇਹਦੀ ਇੱਕ ਸਟੇਜ ਤੁਸੀਂ ਦੇਖ ਲਈ ਇਹ ਹੁਣ ਦੂਜੀ ਸਟੇਜ ਦੇਖੋ ਜੀ ਇਹ ਦੂਜੀ ਸਟੇਜ ਤੁਸੀਂ ਦੇਖ ਸਕਦੇ ਹੋ ਜੀ ਤੇ ਇਸ ਨੂੰ ਦੇਖ ਕੇ ਸਾਡੇ ਜ਼ਿੰਮੇदार ਵੀਰ ਜਾਂ ਘਰੇ ਘਰੇ ਜੇ ਆਪਣੇ ਕੋਈ ਕੋਈ ਪਏ ਆਪਾਂ ਪੰਪ ਚੱਕ ਕੇ ਭੱਜਣ ਦੀ ਕਰਦੇ ਆਂ ਜੀ ਕਿ ਸਾਡੇ ਖੇਤਾਂ 'ਚ ਹਮਲਾ ਹੋ ਗਿਆ ਪਰ ਐਸੀ ਕੋਈ ਗੱਲ ਨਹੀਂ ਹੈ ਜੀ ਇਹਦਾ ਸਾਨੂੰ ਬਿਲਕੁਲ ਵੀ ਨੁਕਸਾਨ ਨਹੀਂ ਹੈ ਇਹ ਸਾਨੂੰ ਫਾਇਦਾ ਕਰਦੀ ਹੈ ਵੀਡੀਓ ਦੇ ਲਾਸਟ 'ਚ ਤੁਸੀਂ ਦੇਖਿਓ ਕਿ ਸਾਡਾ ਫਾਇਦਾ ਕਿਸ ਤਰੀਕੇ ਨਾਲ ਕਰਦੇ ਆ ਇਹ ਦਾ ਜਿਹੜਾ ਅਡਲਟ ਹੈ ਪੂਰਾ ਜਾਂ ਇਹ ਵੀ ਤੁਸੀਂ ਲਾ ਲਓ ਇਹ ਮੱਛਰ ਤੇਲਾ ਤੇ ਉਹਦੇ ਅੰਡੇ ਖਾ ਕੇ ਜੀਉਂਦਾ ਹੈ ਜੀ ਮੈਂ ਤੁਹਾਨੂੰ ਪੂਰੀ ਇਹਦੀ ਪਰ ਲਾਈਫ ਸਾਈਕਲ ਇਹਦੀ ਪੂਰੀ ਸਟੇਜ ਬਾਰੇ ਪਹਿਲਾਂ ਦੱਸ ਦਾਂ ਥੋੜਾ ਜਿਹਾ ਸਕ੍ਰੀਨ ਦੇ ਉੱਪਰ ਤੁਸੀਂ ਇਹਦਾ ਪੂਰਾ ਜੀਵਨ ਦਾ ਜਿਹੜਾ ਚੱਕਰ ਹੈ ਉਹ ਦੇਖ ਰਹੇ ਹੋ ਸਭ ਤੋਂ ਪਹਿਲਾਂ ਅੰਡੇ ਤੋਂ ਸ਼ੁਰੂਆਤ ਹੁੰਦੀ ਹੈ ਜੀ ਅੰਡੇ ਪੂਰੀ ਤਰ੍ਹਾਂ ਚਿਣ ਕੇ ਰੱਖਦੀ ਹੈ ਜੀ ਜਿਹੜੇ ਤਰੀਕੇ ਨਾਲ ਤੁਸੀਂ ਸਕ੍ਰੀਨ ਤੇ ਵੇਖ ਰਹੇ ਉਸ ਤੋਂ ਬਾਅਦ ਲਾਰਵਾ ਫਿਰ ਪਿਉਪਾ ਤੇ ਫਿਰ ਅਡਲਟ ਇਸੇ ਤਰੀਕੇ ਦੇ ਨਾਲ ਇਹਦਾ ਜੀਵਨ ਚੱਕਰ ਉਹ ਚੱਲਦਾ ਰਹਿੰਦਾ ਹੈ ਤਾਂ ਹੁਣ ਇਹ ਤੁਸੀਂ ਇਹਦੇ ਕੰਮ ਕਰਨ ਦਾ ਤਰੀਕਾ ਦੱਸੋ ਜੀ ਕੰਮ ਕਰਨ ਦਾ ਤਰੀਕਾ ਕੁਦਰਤ ਨੇ ਇਹਨੂੰ ਕਿੱਡਾ ਸ਼ਾਨਦਾਰ ਬਣਾਇਆ ਕਿ ਇਹ ਤੇਲੇ ਨੂੰ ਪੂਰੀ ਤਰੀਕੇ ਦੇ ਨਾਲ ਇੱਕ ਕਣਕ ਤੋਂ ਜਿਹੜਾ ਉਹ ਚੁੰਣ-ਚੁੰਣ ਕੇ ਖਾ ਰਹੀ ਏ ਹਰ ਤਰ੍ਹਾਂ ਦੇ ਜਿਹੜੇ ਤੁਹਾਡੀ ਇਹ ਫਸਲ ਹੋਏ ਜੀ ਚਾਹੇ ਉਹ ਫੁੱਲ ਹੈ ਚਾਹੇ ਉਹ ਫਾਲ ਹੈ ਉਹਨਾਂ ਤੋਂ ਇਹ ਮੱਛਰ ਅਤੇ ਤੇਲੇ ਦਾ ਬਿਲਕੁਲ ਸਫਾਇਆ ਕਰ ਦੂਗੀ ਤੁਹਾਨੂੰ ਬਿਲਕੁਲ ਵੀ ਘਬਰਾਉਣ ਦੀ ਜਰੂਰਤ ਨਹੀਂ ਹੈ ਜੇ ਇਹ ਤੁਹਾਡੇ ਖੇਤਾਂ ਦੇ ਵਿੱਚ ਆਈ ਹੋਈ ਹੈ ਤਾਂ ਮੱਛਰ ਤੇਲੇ ਦਾ ਪ੍ਰਕੋਪ ਹੈ ਜਿਹੜਾ ਤੁਹਾਡੇ ਖੇਤਾਂ 'ਚ ਬਹੁਤ ਹੀ ਜ਼ਿਆਦਾ ਘਟ ਜਾਊਗਾ ਤੇ ਇੱਕ ਬਸ ਇਸ ਗੱਲ ਦਾ ਧਿਆਨ ਰੱਖਿਓ ਕਿ ਸਾਨੂੰ ਮਿੱਤਰ ਕੀ ਜੇ ਆਪਾਂ ਕਹੇ ਲੋ ਸ਼ਾਕਾਹਾਰੀ ਤੇ ਮਾਸਾਹਾਰੀ ਕੀੜੇ ਜਾਂ ਮਿੱਤਰ ਕੀੜੇ ਜਾਂ ਦੁਸ਼ਮਣ ਕੀੜੇ ਇਹਨਾਂ ਦੇ ਵਿੱਚ ਫਰਕ ਹੈ ਸਾਨੂੰ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ ਹੈ ਉਹਦਾ ਜ਼ਰੂਰ ਪਤਾ ਲੱਗਣਾ ਚਾਹੀਦਾ ਹੈ ਜੀ ਜੇ ਇਹਨਾਂ ਕੀੜਿਆਂ ਤੇ ਆਪਾਂ ਧਿਆਨ ਨਾ ਰੱਖਾਂਗੇ ਤਾਂ ਸਾਨੂੰ ਬੇਲੋੜੀਆਂ ਸਪਰੇਹਾਂ ਜਿਹੜੀਆਂ ਉਹ ਬਹੁਤ ਜ਼ਿਆਦੀਆਂ ਕਰਨੀਆਂ ਪੈਂਦੀਆਂ ਨੇ ਕਿਉਂਕਿ ਭੁਲਿੱਕੇ ਦੇ ਤਹਿਤ ਅਸੀਂ ਮਿੱਤਰ ਕੀੜੇ ਵੀ ਮਾਰ ਦਿੰਨੇ ਆ ਜੀ ਦੁਸ਼ਮਣ ਕੀੜਿਆਂ ਦੀ ਜਗ੍ਹਾ ਤੇ ਤਾਂ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਿਓ ਜੀ ਜ਼ਰੂਰ ਧਕਿਓ ਕਣਕਤੇ ਜਾਂ ਕਿਸੇ ਵੀ ਚੀਕਤੇ ਤੁਹਾਡੀਆਂ ਸਬਜ਼ੀਆਂ ਤੇ ਜੇ ਇਹ ਆਏ ਹੋਏ ਆ ਤਾਂ ਮੱਛਰ ਤੇਲ ਦੀ ਸਪਰੇਅ ਕਰਨ ਤੋਂ ਅਵੋਇਡ ਕਰੋ ਤੁਹਾਨੂੰ ਜ਼ਰੂਰਤ ਨਹੀਂ ਪਵੇਗੀ ਤਾਂ ਜੇ ਤਾਂ ਵੀਡੀਓ ਕੀ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਾ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ